ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਆਲਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ੍ਹ 9 ਸਤੰਬਰ ਨੂੰ ਕਰਵਾਏ ਗਏ ਸਨ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ, ਪਹਿਲਾਂ ਗੱਲ ਕਰਾਂਗੇ ਚੱਠਾ ਗੋਬਿੰਦਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 21,000 ਅਤੇ ਦੂਜਾ ਨਾਮ 15,000 ਸੀ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਅਣਦਾਣਾ ਅਤੇ ਭੁੱਲਣ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚ ਅਣਦਾਣਾ ਫਸਟ ਅਤੇ ਭੁੱਲਣ ਸੈਕੰਡ। ਅੱਗੇ ਗੱਲ ਕਰਦੇ ਹਾਂ ਕਾਸੂ ਵੇਗੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 51,000 ਅਤੇ ਦੂਜਾ ਨਾਮ 41,000 ਸੀ। ਅਤੇ ਇੱਥੇ ਵੈਸਟ ਰੇਡਰ ਅਤੇ ਜਾਫੀ ਕੱਢੇ ਨਹੀਂ ਗਏ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੇ ਆਫ ਪਲਾਂਟੀ ਨਿਊਜ਼ੀਲੈਂਡ ਅਤੇ ਭਾਂਗਰ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਭਾਂਗਰ ਫਸਟ ਅਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਸੈਕੰਡ। ਅੱਗੇ ਗੱਲ ਕਰਦੇ ਹਾਂ ਬਟਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,00,000 ਅਤੇ ਦੂਜਾ ਨਾਮ 75,000 ਸੀ। ਅਤੇ ਵੈਸਟ ਰੇਡਰ ਅਤੇ ਜਾਫੀ ਇੱਥੇ ਕੱਢੇ ਨਹੀਂ ਗਏ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਪੂਰਥਲਾ ਅਤੇ ਘੁਮਾਣਾ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਘੁਮਾਣਾ ਫਸਟ ਅਤੇ ਕਪੂਰਥਲਾ ਸੈਕੰਡ। ਅੱਗੇ ਗੱਲ ਕਰਦੇ ਹਾਂ ਭੰਗੇਵਾਲਾ ਮਾਨ ਸਿੰਘ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 41,000 ਅਤੇ ਦੂਜਾ ਨਾਮ 31,000 ਸੀ। ਬੈਸਟ ਰੇਡਰ ਅਤੇ ਜਾਫੀ ਦੇ ਲਈ 5-5 ਕਿਲੋ ਦੇਸੀ ਘਿਓ ਦਿੱਤੇ ਗਏ ਸਨ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਜਗਤ ਸਿੰਘ ਵਾਲਾ ਅਤੇ ਸਾਧੂਵਾਲ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਸਾਧੂਵਾਲ ਸੈਕੰਡ ਅਤੇ ਜਗਤ ਸਿੰਘ ਵਾਲਾ ਫਸਟ। ਅਤੇ ਇੱਥੇ ਬੈਸਟ ਰੇਡਰ ਬਣੇ ਹੈਗੇ ਕਰਨ ਜਗਤ ਸਿੰਘ ਵਾਲਾ ਅਤੇ ਨੋਵਾ ਤਵੜੀ ਖਾਨੇ ਵਾਲਾ, ਦੋਨੇ ਜੁਆਇੰਟ ਬੈਸਟ ਰੇਡਰ ਬਣੇ ਹੈਗੇ। ਦੋਨਾਂ ਨੇ 5-5 ਕਵਾਡੀਆਂ ਪਾ ਕੇ 5-5 ਨੰਬਰ ਲਏ। ਅਤੇ ਇੱਥੋਂ ਬੈਸਟ ਜਾਫੀ ਬਣੇ ਹੈਗੇ ਸੁਰਜਨ ਜਗਤ ਸਿੰਘ ਵਾਲਾ ਅਤੇ ਜੋਬਨ ਜਗਤ ਸਿੰਘ ਵਾਲਾ, ਦੋਨੇ ਜੁਆਇੰਟ ਬੈਸਟ ਜਾਫੀ ਬਣੇ ਹੈਗੇ। ਦੋਨਾਂ ਨੇ 1-1 ਜੱਫਾ ਲਾਇਆ। ਅੱਗੇ ਗੱਲ ਕਰਦੇ ਹਾਂ ਬੜਬਰ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 71,000 ਅਤੇ ਦੂਜਾ ਨਾਮ 51,000 ਸੀ। ਬੈਸਟ ਰੇਡਰ ਅਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਦਿੜਬਾ ਮੰਡੀ ਅਤੇ ਗੋਬਿੰਦਪੁਰੇ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਗੋਬਿੰਦਪੁਰਾ ਸੈਕੰਡ ਅਤੇ ਦਿੜਬਾ ਮੰਡੀ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਰਕੇਸ਼ ਬੋਪਰ ਵਾਲਾ, 13 ਕਬੱਡੀਆਂ ਪਾ ਕੇ 12 ਨੰਬਰ ਲਏ ਤੇ। ਅਤੇ ਬੈਸਟ ਜਾਫੀ ਬਣੇਗਾ 27 ਦਿੜਬੇ ਵਾਲਾ, 5 ਟੱਚ ਲੈ ਕੇ 1 ਜੱਫਾ ਲਾਇਆ ਅਤੇ ਖਿਡਾਰੀ ਮੋਟਰਸਾਈਕਲਾਂ ਦੇ ਜੇਤੂ ਬਣੇਗੇ। ਅਤੇ ਹਾਂਜੀ, ਇਹ ਸੀ 9 ਸਤੰਬਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੇ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।